ਹਾਂਜੀ, ਆਪਾਂ ਹਾਜ਼ਰ ਹਾਂ ਜੀ ET 99 ਸੰਬੰਧੀ ਕਲਾਸ 3 ਲੈ ਕੇ। ਪੰਜਾਬੀ ਸਾਹਿਤ ਦੇ ਆਪਾਂ ਪਹਿਲੇ 2 ਚੈਪਟਰ ਜਿਹੜੇ ਆ ਕਵਰ ਕਰ ਚੁੱਕੇ ਹਾਂ ਪਿਛਲੀ ਵੀਡੀਓਜ਼ ਦੇ ਵਿੱਚ, ਜਿਸ ਦੇ ਵਿੱਚ ਆਪਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਵਾਲਾ ਜਿਹੜਾ ਚੈਪਟਰ ਹੈ ਕੰਪਲੀਟ ਕੀਤਾ ਹੈ। ਠੀਕ ਹੈ, ਤਾਂ ਅੱਜ ਆਪਾਂ ਜਿਹੜਾ 3rd ਚੈਪਟਰ ਕਰਨ ਜਾ ਰਹੇ ਹਾਂ ਉਹ ਕਰਨ ਜਾ ਰਹੇ ਹਾਂ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ। ਮੋਸਟ ਇੰਪੋਰਟੈਂਟ ਵੀਡੀਓ ਹੈ, ਧਿਆਨ ਦੇ ਨਾਲ ਜਿਹੜੀ ਹੈ ਤੁਸੀਂ ਸਮਝਣਾ ਹੈ। ਜੇਕਰ ਤੁਸੀਂ ਪਿਛਲੀਆਂ ਕਲਾਸਿਸ ਨਹੀਂ ਦੇਖੀਆਂ ਹੈਗੀਆਂ ਤਾਂ ਸਭ ਤੋਂ ਪਹਿਲਾਂ ਜਾ ਕੇ ਤੁਸੀਂ ਪਿਛਲੀਆਂ ਕਲਾਸਿਸ ਨੂੰ ਜਿਹੜਾ ਹੈ ਜ਼ਰੂਰ ਤੋਂ ਅਟੈਂਡ ਕਰੋ। ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਗੁਰੂ ਅਰਜਨ ਦੇਵ ਜੀ ਸਿੱਖਾਂ ਦੇ 5ਵੇਂ ਗੁਰੂ ਹੋਏ ਹਨ। ਕਿੰਨਵੇਂ ਗੁਰੂ ਹੋਏ ਨੇ ਜੀ? 5th ਗੁਰੂ ਹੋਏ ਨੇ, 5th ਪਾਤਸ਼ਾਹੀ ਨੇ ਜੀ, 5ਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ। ਆਪ ਜੀ ਦਾ ਜਨਮ 15 ਅਪ੍ਰੈਲ 1563 ਨੂੰ ਹੋਇਆ। ਜਨਮ ਮਿਤੀ ਯਾਦ ਰੱਖਿਓ 15 ਅਪ੍ਰੈਲ 1563 ਨੂੰ, ਅਤੇ ਸਥਾਨ ਕਿਹੜਾ ਹੈ ਜੀ? ਗੋਇੰਦਵਾਲ ਸਾਹਿਬ। ਠੀਕ ਹੈ, 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਘਰ ਹੋਇਆ। ਤਾਂ ਇਹਨਾਂ ਜੀ ਦੇ ਪਿਤਾ ਦਾ ਨਾਮ ਕੀ ਸੀ ਜੀ? ਗੁਰੂ ਰਾਮਦਾਸ ਜੀ, ਜਿਹੜੇ ਕਿ ਸਿੱਖਾਂ ਦੇ 4th ਗੁਰੂ ਹੋਏ ਹਨ, ਅਤੇ ਮਾਤਾ ਜੀ ਦਾ ਨਾਮ ਸੀ ਜੀ ਬੀਬੀ ਭਾਨੀ। ਆਪ ਗੁਰੂ ਰਾਮਦਾਸ ਜੀ ਦੇ 3 ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਸਨ। ਯਾਨੀ ਜਿਹੜੇ ਨੇ ਤਿੰਨ ਭਰਾ ਸੀਗੇ, 3 ਪੁੱਤਰ ਸਨ। ਠੀਕ ਹੈ, ਉਹਨਾਂ ਵਿੱਚੋਂ ਸਭ ਤੋਂ ਛੋਟੇ ਜਿਹੜੇ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਸਨ। ਆਪ ਦਾ ਸੁਭਾਅ ਬੜਾ ਹੀ ਭਗਤੀ ਭਾਵ ਵਾਲਾ ਸੀ। ਆਪ ਆਪਣੇ ਪਿਤਾ ਜੀ ਦੇ ਬਹੁਤ ਜ਼ਿਆਦਾ ਜਿਹੜੇ ਨੇ ਉਹ ਪਿਆਰੇ ਸਨ। ਆਪ ਉੱਚ ਕੋਟੀ ਦੇ ਤਰਕ ਗਿਆਨੀ, ਕਵੀ, ਭਗਤੀ ਸੰਗੀਤ ਦੇ ਮਹਾਨ ਗਾਇਕ ਅਤੇ ਸਮਾਜ ਸੁਧਾਰਕ ਸਨ। ਪਹਿਲੇ 4 ਗੁਰੂਆਂ ਦਾ ਕੰਮ ਜਿਹੜਾ ਆਰੰਭਿਕ ਪੜਾਅ 'ਤੇ ਸੀ, ਯਾਨੀ ਸ਼ੁਰੂਆਤੀ ਪੁਆਇੰਟ 'ਤੇ ਸੀ, ਪਰ ਗੁਰੂ ਅਰਜਨ ਦੇਵ ਜੀ ਸਾਹਿਬ ਨੇ ਇਸ ਨੂੰ ਸਹੀ ਤਰੀਕੇ ਨਾਲ ਜਿਹੜਾ ਕਲਮਬੱਧ ਕੀਤਾ। ਆਪ ਜੀ ਦਾ ਵਿਆਹ ਫਿਲੌਰ, ਯਾਨੀ ਪੰਜਾਬ ਦੇ ਇੱਕ ਸਥਾਨ ਹੈ ਜੀ ਫਿਲੌਰ, ਉੱਥੇ ਹੋਇਆ ਭਾਈ ਕ੍ਰਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ। ਨਾਮ ਯਾਦ ਰੱਖਿਓ, ਠੀਕ ਹੈ, ਕਿਹਨਾਂ ਦੇ ਨਾਲ? ਮਾਤਾ ਗੰਗਾ ਜੀ ਨਾਲ। ਕਿਹਨਾਂ ਦੀ ਪੁੱਤਰੀ? ਕ੍ਰਿਸ਼ਨ ਚੰਦ ਜੀ ਦੀ। ਕਿੱਥੋਂ ਦੇ ਰਹਿਣ ਵਾਲੇ ਸਨ? ਫਿਲੌਰ ਦੇ, ਜਿਹੜਾ ਕਿ ਪੰਜਾਬ ਦੇ ਵਿੱਚ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸਦਾ ਨਾਮ ਹੈਗਾ ਸੀ ਜੀ ਗੁਰੂ ਹਰਗੋਬਿੰਦ ਜੀ। ਠੀਕ ਹੈ, ਗੁਰੂ ਹਰਗੋਬਿੰਦ ਜੀ। ਤਾਂ ਸਭ ਤੋਂ ਪਹਿਲਾ ਕਾਰਜ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਕੀਤਾ ਉਹ ਸੀ ਅੰਮ੍ਰਿਤਸਰ ਸਰੋਵਰ ਦੀ ਉਸਾਰੀ ਨੂੰ ਪੂਰਾ ਕਰਵਾਉਣਾ। ਉਹਨਾਂ ਨੇ ਸ਼ਹਿਰ ਨੂੰ ਵੀ ਵਿਸਤ੍ਰਿਤ ਕਰਨ ਦਾ ਆਰੰਭ ਕੀਤਾ। ਸਰੋਵਰ ਦੇ ਕੇਂਦਰ ਵਿੱਚ ਉਹਨਾਂ ਨੇ ਹਰਿਮੰਦਰ ਸਾਹਿਬ ਬਣਵਾਇਆ। 1599 ਈਸਵੀ ਦੇ ਵਿੱਚ ਹਰਿਮੰਦਰ ਸਾਹਿਬ ਦਾ ਨੀਂਹ ਰੱਖਣ ਦੇ ਲਈ ਉਹਨਾਂ ਨੇ ਸੂਫੀ ਸੰਤ ਮੀਆਂ ਮੀਰ ਜੀ ਨੂੰ ਜਿਹੜਾ ਸੱਦਾ ਭੇਜਿਆ ਸੀ। ਠੀਕ ਹੈ, ਕਦੋਂ ਭੇਜਿਆ ਸੀ? 1599 ਈਸਵੀ ਦੇ ਵਿੱਚ। ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਆਦਿ ਗ੍ਰੰਥ ਬਖਸ਼ਿਆ, ਜਿਸ ਨੂੰ ਉਸ ਸਮੇਂ ਪੋਥੀ ਸਾਹਿਬ ਕਿਹਾ ਜਾਂਦਾ ਸੀ। ਵੈਰੀ ਵੈਰੀ ਇੰਪੋਰਟੈਂਟ ਹੈ ਜੀ, ਇਸ ਲਾਈਨ ਨੂੰ ਮੈਂਸ਼ਨ ਕਰ ਲਿਓ। ਠੀਕ ਹੈ, ਕਾਪੀ 'ਤੇ ਨੋਟ ਕਰ ਲਿਓ। ਉਹਨਾਂ ਨੇ ਆਪਣੀ ਪੋਥੀ ਨੂੰ ਗੁਰੂ ਦਾ ਰੂਪ ਦਿੱਤਾ। ਗੁਰੂ ਸਾਹਿਬ ਨੇ ਆਪਣੇ ਚੇਲਿਆਂ ਨੂੰ ਪਹਿਲੇ 4 ਗੁਰੂਆਂ ਦੁਆਰਾ ਰਚਿਤ ਬਾਣੀ ਇਕੱਤਰਿਤ ਕਰਕੇ ਉਹਨਾਂ ਨੂੰ ਭੇਜਣ ਦੇ ਲਈ ਕਿਹਾ। ਤਾਂ ਉਸ ਤੋਂ ਬਾਅਦ ਹੈ ਗੁਰੂ ਅਮਰਦਾਸ ਜੀ ਦੇ ਜਿਹੜੇ ਸਪੁੱਤਰ ਸਨ ਬਾਬਾ ਮੋਹਨ ਜੀ, ਉਹਨਾਂ ਕੋਲ ਗੁਰੂ ਜੀ ਦੇ ਬਾਣੀ ਦੇ 2 ਅੰਕ ਸਨ, ਪਰ ਉਹਨਾਂ ਨੇ ਇਹ ਅੰਕ ਜਿਹੜੇ ਨੇ ਉਹ ਦੇਣ ਤੋਂ ਮਨਾ ਕਰਤਾ। ਤਾਂ ਇਸ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਕੋਲ ਆਪ ਗਏ ਅਤੇ ਬਾਬਾ ਮੋਹਨ ਸਿੰਘ ਨੇ ਆਪਣੇ ਪਿਤਾ ਦੀ ਬਾਣੀ ਜਿਹੜੀ ਆ ਉਹਨਾਂ ਨੂੰ ਦੇ ਦਿੱਤੀ। ਆਦਿ ਗ੍ਰੰਥ ਵਿੱਚ ਪਹਿਲੇ 4 ਗੁਰੂਆਂ ਦੀ ਬਾਣੀ ਦੇ ਨਾਲ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵੀ ਸੰਕਲਿਤ ਹੈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ, ਨੋਟ ਰੱਖਿਓ। ਠੀਕ ਹੈ, ਪਹਿਲੇ 4 ਗੁਰੂਆਂ ਦੇ ਨਾਲ ਨਾਲ ਜਿਹੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਾਣੀ ਵੀ ਆਦਿ ਗ੍ਰੰਥ ਦੇ ਵਿੱਚ ਹੀ ਐਡ ਹੋਈ ਹੈ। ਇਸ ਗ੍ਰੰਥ ਵਿੱਚ ਹਿੰਦੂ ਅਤੇ ਮੁਸਲਮਾਨ ਸੰਤਾਂ ਜਿਵੇਂ ਸ਼ੇਖ ਫਰੀਦ, ਕਬੀਰ ਅਤੇ ਰਵਿਦਾਸ ਜੀ ਦੀ ਬਾਣੀ ਵੀ ਹੈ। ਗੁਰੂ ਜੀ ਨੇ ਇਸ ਵਿੱਚ ਜਿਹੜੀ ਹੈ ਕਾਨਾ ਸ਼ਾਹ ਹੁਸੈਨ ਇਹਨਾਂ ਦੀ ਰਚਨਾਵਾਂ ਨੂੰ ਸ਼ਾਮਿਲ ਨਹੀਂ ਕੀਤੀਆਂ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੇ ਜਿਹੜੇ ਨੇ ਅਨੁਕੂਲ ਨਹੀਂ ਸੀ। ਗੁਰੂ ਜੀ ਨੇ ਇਸ ਬਾਣੀ ਨੂੰ 30 ਰਾਗਾਂ ਦੇ ਵਿੱਚ ਸੰਜੋਇਆ। ਜੇ ਕੁਸ਼ਚਨ ਆ ਜਾਏ ਕਿ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਹੈ, ਤਾਂ ਆਪਾਂ ਲਿਖਾਂਗੇ 30 ਰਾਗਾਂ ਦੇ ਵਿੱਚ। ਆਦਿ ਗ੍ਰੰਥ ਦੀ ਰਚਨਾ ਕਿਸ ਦੇ ਦੁਆਰਾ ਕੀਤੀ ਗਈ? ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਕੀਤੀ ਗਈ। ਠੀਕ ਹੈ, ਇੱਥੇ ਇੱਕ ਮੇਨ ਪੁਆਇੰਟ ਆ, ਤੁਸੀਂ ਨੋਟ ਕਰ ਲਿਓ ਹਰਿਮੰਦਰ ਸਾਹਿਬ ਬਾਰੇ। ਇਹ ਸਿੱਖਾਂ ਦੀ ਜਿਹੜੀ ਹੈ ਇੱਕ ਧਾਰਮਿਕ ਸਥਾਨ ਹੈ। ਇਸ ਦੇ 4 ਦਰਵਾਜ਼ੇ ਹਨ ਜੋ ਕਿ
ਕੇ ਇਹ ਦਰਸਾਉਂਦੇ ਹਨ ਕਿ ਇਹ ਸਾਰਿਆਂ ਹੀ ਧਰਮਾਂ ਦੇ ਲਈ, ਸਾਰਿਆਂ ਹੀ ਲੋਕਾਂ ਦੇ ਲਈ ਜਿਹੜਾ ਇਹ ਖੁੱਲ੍ਹਾ ਹੈ। ਇਹ ਆਲੇ ਦੁਆਲੇ ਦੀ ਜ਼ਮੀਨ ਨਾਲੋਂ ਨੀਵੀਂ ਪੱਧਰੀ 'ਤੇ ਬਣਾਇਆ ਗਿਆ ਹੈ, ਇਸ ਲਈ ਕਿ ਪੂਜਾ ਕਰਨ ਵਾਲੇ ਇਸ ਵਿੱਚ ਦਾਖਲ ਹੋਣ ਸਮੇਂ ਕਦਮ ਝੁਕਾਉਣੇ ਪੈਣਗੇ। ਮੰਦਰ ਵਿੱਚ ਗੁਰੂ ਦਾ ਲੰਗਰ ਬਣਾ ਕੇ ਰੱਖਿਆ ਜਾਂਦਾ ਹੈ ਜੋ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲਈ ਖੁੱਲ੍ਹਾ ਹੈ। ਸੋਨੇ ਦੀਆਂ ਪਲੇਟਾਂ ਜਿਹੜੀਆਂ ਇਸਦੀਆਂ ਕੰਧਾਂ ਨੂੰ ਢੱਕਦੀਆਂ ਹਨ। ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਅਤੇ ਉਸਦੀ ਸੱਸ ਰਾਣੀ ਸਦਾ ਕੌਰ ਦੁਆਰਾ ਜਿਹੜੀ ਆ ਉਹ ਕਰਵਾਈ ਗਈ ਸੀ। ਠੀਕ ਹੈ, ਤਾਂ ਯਾਨੀ ਦੋ ਤਿੰਨ ਚੀਜ਼ਾਂ ਧਿਆਨ ਦੇ ਵਿੱਚ ਰੱਖਿਓ, ਆਦਿ ਗ੍ਰੰਥ ਬਾਰੇ, 30 ਰਾਗਾਂ ਬਾਰੇ, ਅਤੇ ਹਰਿਮੰਦਰ ਸਾਹਿਬ ਦੀ ਉਸਾਰੀ। ਠੀਕ ਹੈ, ਅਤੇ ਸਰੋਵਰ ਦੀ ਉਸਾਰੀ, ਇਹ ਚਾਰ ਚੀਜ਼ਾਂ ਜਿਹੜੀਆਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਕੀਤੀਆਂ ਗਈਆਂ ਸੀ। ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਕਹੇ ਅਨੁਸਾਰ 1604 ਈਸਵੀ ਦੇ ਵਿੱਚ ਆਦਿ ਗ੍ਰੰਥ ਜਿਹੜਾ ਸੰਪੂਰਨ ਕੀਤਾ। ਇਸ ਨੂੰ 16 ਅਗਸਤ 1604 ਈਸਵੀ ਨੂੰ ਹਰਿਮੰਦਰ ਸਾਹਿਬ ਦੀ ਨਵੀਂ ਇਮਾਰਤ ਦੇ ਵਿੱਚ ਜਿਹੜਾ ਸਥਾਪਿਤ ਕੀਤਾ ਗਿਆ। ਇਹ ਯਾਦ ਰੱਖਿਓ ਕਦੋਂ, 16 ਅਗਸਤ 1604 ਈਸਵੀ ਨੂੰ, ਕਿੱਥੇ, ਹਰਿਮੰਦਰ ਸਾਹਿਬ ਦੇ ਵਿੱਚ। ਠੀਕ ਹੈ, ਅਤੇ ਬਾਬਾ ਬੁੱਢਾ ਜੀ ਇਸਦੇ ਪਹਿਲੇ ਗ੍ਰੰਥੀ ਬਣੇ। ਗੁਰੂ ਜੀ ਨੇ ਸੁਖਮਨੀ ਸਾਹਿਬ ਦੀ ਰਚਨਾ ਕੀਤੀ। ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਹੈ, ਯਾਦ ਕਰ ਲਿਓ ਜੀ, ਸੁਖਮਨੀ ਸਾਹਿਬ ਦੀ ਰਚਨਾ ਕਿਸਦੇ ਦੁਆਰਾ ਕੀਤੀ ਗਈ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ। ਠੀਕ ਹੈ, ਸਹੀ ਰੂਪ ਵਿੱਚ ਇਸਨੂੰ ਸ਼ਾਂਤੀ ਦਾ ਜ਼ਬੂਰ ਜਾਂ ਸੁੱਖਾਂ ਦੀ ਮਣੀ ਵੀ ਕਿਹਾ ਜਾਂਦਾ ਹੈ, ਤਾਂ ਹੀ ਇਸਦਾ ਨਾਮ ਜਿਹੜਾ ਇੱਕ ਤਰੀਕੇ ਨਾਲ ਸੁਖਮਨੀ ਜਿਹੜਾ ਬੋਲਿਆ ਜਾਂਦਾ ਹੈ, ਸੁਖਮਨੀ ਸਾਹਿਬ ਯਾਨੀ ਸੁੱਖਾਂ ਦੀ ਮਣੀ। ਇਹ ਭਗਤੀ ਕਾਵਿ ਦਾ ਉੱਚ ਕੋਟੀ ਰੂਪ ਹੈ। 1590 ਈਸਵੀ ਦੇ ਵਿੱਚ ਗੁਰੂ ਜੀ ਨੇ ਤਰਨ ਤਾਰਨ ਸ਼ਹਿਰ ਵਸਾਇਆ। ਉਹਨਾਂ ਨੇ ਇੱਥੇ ਇੱਕ ਸਰੋਵਰ ਅਤੇ ਜੀਵ ਰੱਖ ਬਣਵਾਈ ਜੋ ਕਿ ਸਿੱਖਾਂ ਲਈ ਇੱਕ ਧਾਰਮਿਕ ਸਥਲ ਬਣ ਗਿਆ। 1594 ਈਸਵੀ ਦੇ ਵਿੱਚ ਆਪ ਨੇ ਜ਼ਿਲ੍ਹਾ ਜਲੰਧਰ ਵਿੱਚ ਕਰਤਾਰਪੁਰ ਨਾਮ ਦਾ ਵੀ ਇੱਕ ਹੋਰ ਸ਼ਹਿਰ ਵਸਾਇਆ। ਤਾਂ ਇਹ ਜਿਹੜੇ ਮੇਨ ਪੁਆਇੰਟ ਨੇ ਨਾ, ਇਹਨੂੰ ਤੁਸੀਂ ਨਾਲ ਨਾਲ ਕਾਪੀ 'ਤੇ ਨੋਟ ਕਰੀ ਜਾਇਆ ਕਰੋ, ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਕਿਸੇ ਤਰੀਕੇ ਦੀ ਜਿਹੜੀ ਹੈ ਦਿੱਕਤ ਨਾ ਆਵੇ। ਰਿਵੀਜ਼ਨ ਟਾਈਮ ਤੁਹਾਨੂੰ ਜਿਹੜੀ ਹੈ ਇੱਕ ਜਗ੍ਹਾ ਹੀ ਸਾਰਾ ਮਟੀਰੀਅਲ ਜਿਹੜਾ ਤੁਹਾਨੂੰ ਮਿਲ ਜਾਣਾ ਹੈ। ਠੀਕ ਹੈ, ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਆਪਾਂ। ਅੱਗੇ ਹੈਗਾ ਕਿ ਗੁਰੂ ਜੀ ਨੇ ਬਿਆਸ ਦਰਿਆ ਦੇ ਸੱਜੇ ਕਿਨਾਰੇ 'ਤੇ ਉੱਜੜ ਚੁੱਕੇ ਪਿੰਡ ਰੋਹੇਲਾ ਨੂੰ ਮੁੜ ਵਸਾਇਆ ਅਤੇ ਆਪਣੇ ਪੁੱਤਰ ਦੇ ਨਾਮ 'ਤੇ ਇਸ ਦਾ ਨਾਮ ਸ਼੍ਰੀ ਹਰਗੋਬਿੰਦਪੁਰ ਰੱਖਿਆ। ਠੀਕ ਹੈ, ਉਹਨਾਂ ਦੇ ਪੁੱਤਰ ਦਾ ਨਾਮ ਹੈਗਾ ਸੀ ਜੀ ਹਰਗੋਬਿੰਦ ਜੀ, ਅਤੇ ਉਹਨਾਂ ਨੇ ਆਪਣੇ ਪੁੱਤਰ ਦੇ ਨਾਮ 'ਤੇ ਹੀ ਜਿਹੜਾ ਸ਼ਹਿਰ ਦਾ ਨਾਮ ਰੱਖਿਆ ਸੀ। ਬਾਲ ਹਰਗੋਬਿੰਦ ਦਾ ਜਨਮ 1595 ਈਸਵੀ ਦੇ ਵਿੱਚ ਹੋਇਆ। ਗੁਰੂ ਅਰਜਨ ਦੇਵ ਜੀ ਨੇ ਸੰਤੋਖਸਰ ਅਤੇ ਰਾਮਸਰ ਸਰੋਵਰ ਵਿਖੇ ਪਹਿਲਾਂ ਹੋਏ ਗੁਰੂਆਂ ਵੱਲੋਂ ਆਰੰਭੀ ਉਸਾਰੀ ਮੁਕੰਮਲ ਕਰਵਾਈ, ਯਾਨੀ ਸਾਰੇ ਸਰੋਵਰ ਕੰਪਲੀਟ ਕਰਾਏ ਸੰਤੋਖਸਰ ਦੇ ਅਤੇ ਰਾਮਸਰ ਦੇ। ਗੁਰੂ ਸਾਹਿਬ ਨੂੰ ਇਹਨਾਂ ਸਥਾਨਾਂ, ਨਗਰਾਂ ਅਤੇ ਮੰਦਰਾਂ ਦੀ ਉਸਾਰੀ ਲਈ ਜਿਹੜੀ ਆ ਉਗਰਾਹੀ ਵੀ ਕਰਨੀ ਪਈ। ਸਾਰੇ ਸਿੱਖਾਂ ਨੂੰ ਆਪਣੀ ਆਮਦਨ ਵਿੱਚੋਂ ਗੁਰੂ ਦੇ ਨਾਮ 'ਤੇ ਦਸਵੰਧ ਕੱਢਣ ਦੇ ਲਈ ਜਿਹੜਾ ਪ੍ਰੇਰਿਤ ਕੀਤਾ ਗਿਆ ਸੀ। ਮਸੰਦਾਂ ਨੂੰ ਵੀ ਦਾਨ ਇਕੱਠਾ ਕਰਨ ਦੇ ਲਈ ਗੁਰੂ ਦੀ ਗੋਲਕ ਦੇ ਵਿੱਚ ਭੇਜਣ ਦੇ ਨਿਰਦੇਸ਼ ਦਿੱਤੇ ਗਏ। ਗੁਰੂ ਸਾਹਿਬ ਨੂੰ ਹੁਣ ਸੱਚੇ ਪਾਤਸ਼ਾਹ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਕੁਸ਼ਚਨ ਆ ਸਕਦਾ ਕਿ ਕਿਹੜੇ ਸਿੱਖ ਗੁਰੂ ਨੂੰ ਸੱਚੇ ਪਾਤਸ਼ਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਤਾਂ ਉਹ ਹੈਗੇ ਨੇ ਜੀ ਗੁਰੂ ਅਰਜਨ ਦੇਵ ਜੀ। ਅਕਬਰ ਦੀ ਮੌਤ ਮਗਰੋਂ ਜਹਾਂਗੀਰ ਨੇ ਗੁਰੂ ਸਾਹਿਬ ਦੇ ਵੱਧੇ ਹੋਏ ਪ੍ਰਭਾਵ ਦਾ ਵਿਰੋਧ ਕੀਤਾ। ਜਹਾਂਗੀਰ ਦੇ ਪੁੱਤਰ ਖੁਸਰਾਓ ਨੇ ਇਸ ਗੱਲ ਪ੍ਰਤੀ ਜਿਹੜਾ ਵਿਦਰੋਹ ਜਤਾਇਆ ਅਤੇ ਲਾਹੌਰ ਨੂੰ ਜਾਂਦਿਆਂ ਰਾਹ ਵਿੱਚ ਉਹ ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬ ਦੇ ਜਿਹੜਾ ਦਰਸ਼ਨ ਕਰਕੇ ਗਿਆ। ਠੀਕ ਹੈ, ਤਾਂ ਇਸ ਗੱਲ ਤੋਂ ਡਰ ਕੇ ਜਹਾਂਗੀਰ ਨੇ ਕੀ ਕਰਿਆ, ਗੁਰੂ ਜੀ ਨੂੰ ਬੰਦੀ ਬਣਾ ਲਿਆ, ਉਹਨਾਂ ਨੂੰ ਲਾਹੌਰ ਲਿਜਾਇਆ ਗਿਆ। ਕੁਸ਼ਚਨ ਆ ਸਕਦਾ ਕਿ ਜਹਾਂਗੀਰ ਨੇ ਬੰਦੀ ਬਣਾ ਕੇ ਕਿੱਥੇ ਲੈ ਕੇ ਗਏ ਗੁਰੂ ਜੀ ਨੂੰ, ਤਾਂ ਉਹ ਲੈ ਕੇ ਗਏ ਸੀ ਜੀ ਲਾਹੌਰ ਸਥਾਨ 'ਤੇ, ਅਤੇ ਕਈ ਦਿਨਾਂ ਤੱਕ ਜਿਹੜਾ ਉਹਨਾਂ ਨੂੰ ਸਰੀਰਕ ਤਸੀਹੇ ਦਿੱਤੇ ਗਏ। ਗੁਰੂ ਜੀ 'ਤੇ ਜ਼ੁਲਮ ਕਰਨ ਵਾਲਿਆਂ ਲਈ ਸ਼ਾਮਿਲ ਸਨ ਚੰਦੂ ਸ਼ਾਹ ਖਜਾਨਚੀ, ਜਿਸ ਦੀ ਪੁੱਤਰੀ ਦਾ ਰਿਸ਼ਤਾ ਗੁਰੂ ਸਾਹਿਬ ਨੇ ਆਪਣੇ ਪੁੱਤਰ ਹਰਗੋਬਿੰਦ ਲਈ ਨਹੀਂ ਸੀ ਕਬੂਲਿਆ। ਠੀਕ ਹੈ, ਉਹ ਵੀ ਇਸ ਜ਼ੁਲਮ ਦੇ ਵਿੱਚ ਜਿਹੜਾ ਹੈ ਉਹ ਸ਼ਾਮਿਲ ਸੀ। ਗੁਰੂ ਜੀ ਨੇ ਆਪਣੇ 11 ਸਾਲ ਦੇ ਪੁੱਤਰ ਹਰਗੋਬਿੰਦ ਜੀ ਨੂੰ ਇਹ ਸੰਦੇਸ਼ ਦਿੱਤਾ ਕਿ ਉਹ ਭਾਈ ਬੁੱਢਾ ਜੀ ਨੂੰ ਕਹਿਣ ਕਿ ਉਹਨਾਂ ਨੂੰ 6ਵਾਂ ਗੁਰੂ ਜਿਹੜਾ ਹੈ ਉਹ ਥਾਪਿਆ ਜਾਵੇ। ਠੀਕ ਹੈ ਜੀ, ਤਾਂ 6ਵੇਂ ਗੁਰੂ ਜਿਹੜਾ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਬਣਾਇਆ ਗਿਆ ਸੀ। ਅੱਗੇ ਇਹਨਾਂ ਦੀਆਂ ਬੇਸਿਕ ਇਨਫੋਰਮੇਸ਼ਨ ਹੈ, ਤੁਸੀਂ ਇੱਥੇ ਦੇਖ ਸਕਦੇ ਹੋ ਜੀ। ਸਪੁੱਤਰ ਇਹਨਾਂ ਦਾ ਇੱਕੋ ਸੀ, ਗੁਰੂ ਹਰਗੋਬਿੰਦ ਜੀ, ਮਾਤਾ ਗੰਗਾ ਜੀ ਇਹਨਾਂ ਦੀ ਸੁਪਤਨੀ ਸਨ। ਅਤੇ ਗੁਰਗੱਦੀ ਕਾਲ ਜੇ ਦੇਖਿਆ ਜਾਵੇ ਤਾਂ 1581 ਤੋਂ ਲੈ ਕੇ 1606 ਈਸਵੀ ਤੱਕ। ਠੀਕ ਹੈ, 1581 ਈਸਵੀ ਦੇ ਵਿੱਚ ਜਿਹੜੀ ਹੈ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਸੀ।
ਅਤੇ ਇਹਨਾਂ ਨੇ 3 ਸਰੋਵਰ ਕੰਪਲੀਟ ਕਰਵਾਏ ਸੀ ਜੀ, ਅੰਮ੍ਰਿਤਸਰ ਦਾ ਸਰੋਵਰ, ਸੰਤੋਖ ਸਰ ਦਾ ਅਤੇ ਰਾਮਸਰ ਦਾ, ਠੀਕ ਹੈ। ਉਸਾਰੀ ਕਰਵਾਈ ਸੀ ਹਰਿਮੰਦਰ ਸਾਹਿਬ ਦੀ। ਅਤੇ ਕਿਹਨੂੰ ਸੰਦੇਸ਼ ਭੇਜਿਆ ਸੀ ਜੀ? ਸੂਫੀ ਸੰਤ ਮੀਆਂ ਮੀਰ ਜੀ ਨੂੰ। ਰਚਨਾ ਦੀ ਜੇ ਗੱਲ ਕਰੀਏ ਤਾਂ ਆਦਿ ਗ੍ਰੰਥ ਦੀ ਰਚਨਾ ਜਿਹੜੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਹੈ, ਜਿਹੜੀ ਕਿ 1604 ਈਸਵੀ ਦੇ ਵਿੱਚ ਕੀਤੀ ਗਈ ਸੀ। ਉਸ ਤੋਂ ਬਾਅਦ ਸੁਖਮਨੀ ਸਾਹਿਬ ਵੀ ਰਚਨਾ ਗੁਰੂ ਅਰਜਨ ਦੇਵ ਜੀ ਦੀ ਹੈ, ਠੀਕ ਹੈ। ਸ਼ਹਿਰ ਕਿਹੜਾ ਵਸਾਇਆ? 1590 ਈਸਵੀ ਦੇ ਵਿੱਚ ਇਹਨਾਂ ਨੇ ਤਰਨ ਤਾਰਨ ਸ਼ਹਿਰ ਵਸਾਇਆ ਸੀ, ਅਤੇ 1594 ਈਸਵੀ ਦੇ ਵਿੱਚ ਜਿਹੜਾ ਹੈ ਕਰਤਾਰਪੁਰ ਸ਼ਹਿਰ ਵਸਾਇਆ ਗਿਆ ਸੀ, ਜਿਹੜਾ ਕਿ ਜਲੰਧਰ ਦੇ ਵਿੱਚ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ। ਕਲੀਅਰ ਹੈ ਜੀ। ਉਸ ਤੋਂ ਬਾਅਦ ਪੁਨਰ ਨਿਰਮਾਣ ਦੀ ਜੇ ਗੱਲ ਕਰੀਏ ਤਾਂ ਰੋਹੇਲਾ ਪਿੰਡ ਦਾ ਜਿਹੜਾ ਦੁਬਾਰਾ ਤੋਂ ਨਿਰਮਾਣ ਕੀਤਾ ਗਿਆ, ਅਤੇ ਇਸਦਾ ਨਾਮ ਆਪਣੇ ਪੁੱਤਰ ਦੇ ਨਾਮ 'ਤੇ ਰੱਖਿਆ ਗਿਆ, ਹਰਗੋਬਿੰਦਪੁਰ, ਠੀਕ ਹੈ। ਕੁਸ਼ਚਨ ਆ ਸਕਦਾ ਕਿ ਕਿਹੜੇ ਪਿੰਡ ਦਾ ਪੁਨਰ ਨਿਰਮਾਣ ਪੰਜਵੀਂ ਪਾਤਸ਼ਾਹੀ ਦੁਆਰਾ ਕੀਤਾ ਗਿਆ ਸੀ? ਤਾਂ ਉਹ ਕੀਤਾ ਗਿਆ ਸੀ ਰੋਹੇਲਾ ਪਿੰਡ ਦਾ। ਉਸ ਤੋਂ ਬਾਅਦ ਦਸਵੰਧ ਦੀ ਜੇ ਗੱਲ ਕਰੀਏ ਤਾਂ ਆਪਣੀ ਆਮਦਨ ਦਾ ਦਸਵਾਂ ਹਿੱਸਾ ਜਿਹੜਾ ਦਸਵੰਧ ਦੀ ਜਿਹੜੀ ਗੱਲ ਕੀਤੀ ਗਈ ਸੀ ਸਭ ਤੋਂ ਪਹਿਲਾਂ, ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ, ਠੀਕ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਦਸਵੰਧ ਕੱਢਣ ਦੇ ਲਈ ਜਿਹੜਾ ਹੈ ਉਹ ਪ੍ਰੇਰਿਤ ਕੀਤਾ। ਗੁਰੂ ਜੀ ਦੇ ਸਮੇਂ ਜਿਹੜੇ ਮੁਗਲ ਬਾਦਸ਼ਾਹ ਸਨ ਤਾਂ ਉਹ ਹੈਗਾ ਸੀ ਜੀ ਅਕਬਰ ਅਤੇ ਜਹਾਂਗੀਰ, ਠੀਕ ਹੈ। ਉਸ ਤੋਂ ਬਾਅਦ ਗੁਰੂ ਜੀ ਨੇ ਆਪਣੇ ਪੁੱਤਰ ਨੂੰ ਉੱਤਰਾਧਿਕਾਰੀ ਬਣਾਇਆ, ਗੁਰੂ ਹਰਗੋਬਿੰਦ ਜੀ ਨੂੰ, ਅਤੇ ਉਹ 1606 ਈਸਵੀ ਦੇ ਵਿੱਚ ਲਾਹੌਰ ਵਿਖੇ ਜਿਹੜੇ ਨੇ ਜੋਤੀ ਜੋਤ ਸਮਾ ਗਏ ਸਨ 1606 ਈਸਵੀ ਦੇ ਵਿੱਚ। ਸਥਾਨ ਪੁੱਛਿਆ ਜਾਏਗਾ ਕਿ ਕਦੋਂ ਜੋਤੀ ਜੋਤ ਸਮਾਏ ਸਨ, ਤਾਂ 1606 ਈਸਵੀ ਦੇ ਵਿੱਚ ਲਾਹੌਰ ਵਿਖੇ ਜਿਹੜੇ ਨੇ ਜੋਤੀ ਜੋਤ ਸਮਾਏ ਸਨ। ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਹੀ ਪਹਿਲੇ ਸਿੱਖ ਗੁਰੂ ਹੋਏ ਹਨ ਜਿਨ੍ਹਾਂ ਦੀ ਮੁਗਲਾਂ ਦੇ ਹੱਥੋਂ ਜਿਹੜੀ ਹੈ ਸ਼ਹੀਦੀ ਹੋਈ ਸੀ, ਠੀਕ ਹੈ। ਕਲੀਅਰ ਹੈ ਜੀ। ਤਾਂ ਇਹ ਇੰਪੋਰਟੈਂਟ ਪੁਆਇੰਟ ਜਿਹੜੇ ਨੇ ਜ਼ਰੂਰ ਕਾਪੀ 'ਤੇ ਨੋਟ ਕਰ ਲਿਓ। ਅਤੇ ਗੁਰੂ ਕਾਲ ਜਿਹੜੇ ਨੇ ਸਾਰੇ ਗੁਰੂਆਂ ਦਾ ਯਾਦ ਰੱਖਿਓ, ਕਦੋਂ ਤੋਂ ਕਦੋਂ ਤੱਕ ਜਿਹੜਾ ਗੁਰੂ ਕਾਲ ਰਿਹਾ ਹੈ, ਕਿਹੜੇ ਗੁਰੂ ਜੀ ਦਾ ਰਿਹਾ ਹੈ, ਉਹ ਸਮਾਂ ਕਾਲ ਜਿਹੜਾ ਕੁਸ਼ਚਨ ਦੇ ਵਿੱਚ ਪੁੱਛਿਆ ਜਾ ਸਕਦਾ ਹੈ, ਠੀਕ ਹੈ। ਉਸ ਤੋਂ ਬਾਅਦ ਹੈਗਾ ਹੈ ਆਪਣੇ ਕੋਲ, ਬਚਪਨ ਤੋਂ ਹੀ ਆਪ ਬਹੁਤ ਸੁਹਿਰਦ ਅਤੇ ਸੰਵੇਦਨਸ਼ੀਲ ਸਨ। ਆਪ ਜੀ ਦੀ ਨਿਮਰਤਾ, ਸਾਦਾ ਅਤੇ ਮਨੋਹਰ ਸ਼ਖਸੀਅਤ ਦੀ ਝਲਕ ਆਪ ਜੀ ਦੀ ਬਾਣੀ ਦੇ ਵਿੱਚੋਂ ਵੀ ਜਿਹੜੀ ਹੈ ਸਪਸ਼ਟ ਦਿਖਾਈ ਦਿੰਦੀ ਹੈ। ਹੁਣ ਆਪਾਂ ਰਚਨਾ ਦੀ ਗੱਲ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਕਾਰ ਦੇ ਪੱਖੋਂ ਆਪ ਜੀ ਦੀ ਰਚਨਾ ਸਭ ਗੁਰੂ ਸਾਹਿਬਾਨ ਨਾਲੋਂ ਵੱਧ ਹੈ। ਜੇਕਰ ਕੁਸ਼ਚਨ ਆ ਜਾਵੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਰਚਨਾ ਕਿਹੜੇ ਗੁਰੂ ਜੀ ਦੀ ਹੈ, ਤਾਂ ਉਹ ਹੈਗੇ ਨੇ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ। ਆਕਾਰ ਦੇ ਪੱਖੋਂ ਗੱਲ ਕੀਤੀ ਜਾ ਰਹੀ ਹੈ, ਠੀਕ ਹੈ, ਲੈਂਥ ਦੇ ਅਕੋਰਡਿੰਗ, ਤਾਂ ਸਭ ਤੋਂ ਵੱਧ ਜਿਹੜੀ ਹੈ ਪੰਜਵੀਂ ਪਾਤਸ਼ਾਹੀ ਦੀ ਜਿਹੜੀ ਰਚਨਾ ਹੈ ਉਹ ਦਰਜ ਹੈ, ਠੀਕ ਹੈ। ਉਸ ਤੋਂ ਬਾਅਦ ਹੈ ਆਪ ਜੀ ਦੀ ਪ੍ਰਤੀਨਿਧ ਰਚਨਾ ਜਾਂ ਪ੍ਰਸਿੱਧ ਰਚਨਾ ਹੈਗੀ ਹੈ ਸੁਖਮਨੀ ਸਾਹਿਬ। ਇਸ ਤੋਂ ਇਲਾਵਾ ਆਪ ਨੇ ਦੱਖਣੀ ਦੀ ਵੀ ਰਚਨਾ ਕੀਤੀ ਹੈ, 52 ਅੱਖਰੀ, 12 ਮਾਂ, ਮਾਝ, ਸ਼ਬਦ ਹਜ਼ਾਰੇ, ਸਲੋਕ ਸਹਿਸਕ੍ਰਿਤੀ, ਫੁਨਹੇ, ਪਹਿਰੇ, ਸ਼ਬਦ, ਅਸ਼ਟਪਦੀਆਂ, ਇਹਨਾਂ ਦੀ ਵੀ ਜਿਹੜੀ ਹੈ ਰਚਨਾ ਕੀਤੀ ਹੈ। ਤਾਂ ਇਹਨਾਂ ਨੂੰ ਜ਼ਰੂਰ ਤੁਸੀਂ ਕਾਪੀ 'ਤੇ ਨੋਟ ਕਰ ਲਿਓ ਰਚਨਾਵਾਂ ਨੂੰ। ਦੱਖਣੇ, 52 ਅੱਖਰੀ, ਜਿਵੇਂ ਕੁਸ਼ਚਨ ਆ ਸਕਦਾ ਕਿ 52 ਅੱਖਰੀ ਰਚਨਾ ਕਿਸ ਗੁਰੂ ਦੀ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਹੀ ਰਚਨਾ ਹੈ 52 ਅੱਖਰੀ। ਕਲੀਅਰ ਹੈ। ਉਸ ਤੋਂ ਬਾਅਦ ਹੈ ਅਨੇਕਾਂ ਕਾਵਿ ਰੂਪਾਂ ਅਤੇ ਛੰਦਾਂ ਵਿੱਚ ਰਚੀ ਆਪ ਦੀ ਰਚਨਾ ਸਰਲ ਹੋਣ ਕਾਰਨ ਸ਼ਰਧਾਲੂਆਂ ਵਿੱਚ ਬੜੀ ਹਰਮਨ ਪਿਆਰੀ ਹੈ। ਆਪ ਜੀ ਦੀ ਰਚਨਾ ਸੁਖਮਨੀ ਸਾਹਿਬ ਕਈ ਸ਼ਰਧਾਲੂਆਂ ਦੇ ਜਿਹੜੀਆਂ ਨਿਤਨੇਮ ਦਾ ਅੰਗ ਬਣ ਗਈ ਹੈ। ਕਲੀਅਰ ਹੈ। ਉਸ ਤੋਂ ਬਾਅਦ ਇਹਨਾਂ ਦੀਆਂ ਕੁਛ ਰਚਨਾਵਾਂ ਨੇ, ਇਹਨਾਂ ਦੇ ਤੁਸੀਂ ਨਾਮ ਯਾਦ ਰੱਖਿਓ ਜੀ, ਜਿਵੇਂ ਕਿ ਇਹ ਹੈਗਾ ਜਾ ਕੋ ਮੁਸ਼ਕਲ ਅੱਤ ਬਣੀ, ਠੀਕ ਹੈ ਜੀ। ਕੁਸ਼ਚਨ ਆ ਸਕਦਾ ਹੈ ਕਿ ਇਹ ਰਚਨਾ ਜਿਹੜੀ ਹੈ ਕਿਹਨਾਂ ਦੀ ਹੈ, ਜਾ ਕੋ ਮੁਸ਼ਕਲ ਅੱਤ ਬਣੇ, ਤਾਂ ਇਹ ਹੈਗੀ ਹੈ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ, ਠੀਕ ਹੈ। ਉਸ ਤੋਂ ਬਾਅਦ ਹੈ ਆਪਣੇ ਕੋਲ ਆਪ ਜੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਜਿਹੜੀ ਰਚਨਾ ਹੈ ਉਹ ਸੁਖਮਨੀ ਸਾਹਿਬ ਹੈ। ਧਾਰਮਿਕ ਜਿਹੜੀ ਹੈ ਖੇਤਰ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਪਾਇਆ ਹੈ। ਉਸ ਤੋਂ ਬਾਅਦ ਹੈਗਾ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਇਹ ਰਚਨਾ ਵੀ ਜਿਹੜੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਹੈ। ਇੱਕ ਪਾਸੇ ਕਾਪੀ 'ਤੇ ਰਚਨਾਵਾਂ ਲਿਖ ਕੇ ਤੁਸੀਂ ਨਾਮ ਲਿਖੀ ਜਾਇਓ। ਪਹਿਲਾਂ ਆਪਾਂ ਨੇ ਕਿਹੜੀ ਪੜ੍ਹੀ ਹੈ ਜਿੱਥੇ, ਇਹ ਹੈਗੀ ਹੈ ਜਾ ਕੋ ਮੁਸ਼ਕਲ ਅੱਤ ਬਣੇ, ਇਹ ਵੀ ਲਾਈਨ ਨੋਟ ਕਰ ਲਿਓ।
ਉਸ ਤੋਂ ਬਾਅਦ ਹੈਗਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਇਹ ਵੀ ਜਿਹੜਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਹੀ ਰਚਨਾ ਹੈ। ਇਸ ਤੋਂ ਬਿਨਾਂ ਜੇਕਰ ਤੁਸੀਂ ਇਸ ਦੀ ਵਿਆਖਿਆ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਪੂਰਾ PDF ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲੇਗਾ, ਤੁਸੀਂ ਉੱਥੇ ਜਾ ਕੇ ਜਿਹੜਾ ਅਲੱਗ ਤੋਂ ਪੜ੍ਹ ਲੈਣਾ। ਫਿਲਹਾਲ ਮੈਂ ਸਿਰਫ ਤੁਹਾਨੂੰ ਜਿਹੜੀਆਂ ਹੈਡਲਾਈਨਸ ਨੋਟ ਕਰਵਾ ਰਹੀ ਹਾਂ ਰਚਨਾਵਾਂ ਦੇ, ਠੀਕ ਹੈ। ਵਿੱਚ ਜੇਕਰ ਵਿਆਖਿਆ ਕਰਾਂਗੇ ਤਾਂ ਉਹ ਜਿਹੜੀ ਹੈ ਵੀਡੀਓ ਵੀ ਲੈਂਥੀ ਹੋ ਜਾਏਗੀ, ਤਾਂ ਇਸ ਕਰਕੇ ਤੁਸੀਂ ਜਿਹੜਾ ਵਿਆਖਿਆ ਆਪਣੇ ਆਪ ਜਿਹੜੀ PDF ਤੋਂ ਰੀਡ ਕਰ ਲੈਣਾ। ਉਸ ਤੋਂ ਬਾਅਦ ਅਗਲੀ ਰਚਨਾ ਹੈਗੀ ਜੀ ਮਿੱਠ ਬੋਲੜਾ ਜੀ ਹਰਸੱਜਣ ਸੁਆਮੀ, ਠੀਕ ਹੈ। ਤਾਂ ਇਹ ਰਚਨਾ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਹੀ ਹੈ। ਯਾਦ ਰੱਖਿਓ ਕਿ ਉਹਨਾਂ ਨੇ ਜਿਹੜੀ ਹੈ ਸਿੱਖਿਆ ਆਪਣੇ ਨਾਨਾ ਜੀ ਗੁਰੂ ਅਮਰਦਾਸ ਜੀ ਤੋਂ ਹੀ ਜਿਹੜੀ ਹੈ ਗੁਰਮੁਖੀ ਦੀ ਸਿੱਖਿਆ ਲਈ ਸੀ। ਤਾਂ ਇਹ ਯਾਦ ਰੱਖਿਓ ਕਿ ਉਹਨਾਂ ਨੇ ਜਿਹੜੀ ਸਿੱਖਿਆ ਹੈ ਕਿੱਥੋਂ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ ਦੇਖੋ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ 18 ਸਾਲ ਦੇ ਸੀਗੇ, ਉਸ ਸਮੇਂ ਜਿਹੜੇ ਚੌਥੇ ਗੁਰੂ ਨੇ ਉਹ ਜੋਤੀ ਜੋਤ ਸਮਾ ਗਏ ਸਨ। ਕੁਸ਼ਚਨ ਆ ਸਕਦਾ ਕਿ ਕਿੰਨੇ ਸਾਲ ਦੇ ਸੀਗੇ ਗੁਰੂ ਅਰਜਨ ਦੇਵ ਜੀ? ਤਾਂ 18 ਸਾਲ ਦੇ ਸਨ। ਦਸਤਾਰਬੰਦੀ ਦੀ ਰਸਮ ਤੋਂ ਬਾਅਦ ਫਿਰ ਆਪ ਜਿਹੜੇ ਨੇ ਅੰਮ੍ਰਿਤਸਰ ਵਿਖੇ ਆ ਗਏ ਸਨ, ਠੀਕ ਹੈ। ਅੱਗੇ ਬਹੁਤ ਸਾਰੇ ਸਿੱਖਾਂ ਦੇ ਧਰਮ ਦੇ ਲਈ ਜਿਹੜਾ ਕੰਮ ਕੀਤਾ, ਠੀਕ ਹੈ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਗੁਰਗੱਦੀ 'ਤੇ ਬਿਰਾਜਮਾਨ ਹੋ ਕੇ ਫਿਰ ਜਿਹੜਾ ਹੈ ਸੰਤੋਖ ਸਿਰ ਦਾ ਕੰਮ ਕੰਪਲੀਟ ਕਰਾਇਆ, ਫਿਰ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ। 1593 ਈਸਵੀ ਦੇ ਵਿੱਚ ਆਪ ਜੀ ਨੇ ਜਲੰਧਰ ਕੋਲੀ ਯਾਨੀ ਦੁਆਬੇ ਦੇ ਵਿੱਚ ਧਰਮ ਪ੍ਰਚਾਰ ਕੇਂਦਰ ਹਿੱਤ ਜਿਹੜਾ ਹੈ ਕਰਤਾਰਪੁਰ ਵਸਾਇਆ ਅਤੇ ਮਾਤਾ ਗੰਗਾ ਜੀ ਦੇ ਨਾਮ 'ਤੇ ਜਿਹੜਾ ਖੂਹ ਲਗਵਾਇਆ। ਕਿੱਥੇ? ਕਰਤਾਰਪੁਰ ਵਿਖੇ, ਠੀਕ ਹੈ। 1594 ਈਸਵੀ ਨੂੰ ਆਪ ਜੀ ਨੇ ਗੁਰੂ ਕੀ ਬਡਾਲੀ ਨੂੰ ਧਰਮ ਪ੍ਰਚਾਰ ਹਿੱਤ ਪੱਕਾ ਟਿਕਾਣਾ ਬਣਾਇਆ। ਇੱਥੇ ਹੀ 6ਵੇਂ ਗੁਰੂ ਸਾਹਿਬ ਦਾ ਜਿਹੜਾ ਜਨਮ ਹੋਇਆ ਸੀ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਉਸ ਤੋਂ ਬਾਅਦ ਜੇ ਆ ਜਾਵੇਗੇ ਛੇਹਰਟਾ ਸਾਹਿਬ, ਜਿਹੜਾ ਗੁਰਦੁਆਰਾ ਛੇਹਰਟਾ ਸਾਹਿਬ ਹੈ ਉਹ ਕਿਹਦੇ ਨਾਲ ਸੰਬੰਧਿਤ ਹੈ? ਉਹ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਹੀ ਸੰਬੰਧਿਤ ਹੈ। ਦੈਨ ਉਸ ਤੋਂ ਬਾਅਦ ਅਕਬਰ ਦੇ ਨਾਲ ਮਿਲਾਪ ਹੋਇਆ ਸੀ ਜੀ, ਠੀਕ ਹੈ, ਗੁਰੂ ਅਰਜਨ ਦੇਵ ਜੀ ਦਾ। 1598 ਦੇ ਵਿੱਚ ਅਕਬਰ ਬਾਦਸ਼ਾਹ ਗੋਇੰਦਵਾਲ ਵਿਖੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ। ਉਸਨੇ ਗੁਰੂ ਜੀ ਵੱਲੋਂ ਲਾਹੌਰ ਕਾਲ ਸਮੇਂ ਪੀੜਤ ਲੋਕਾਂ ਦੀ ਸੇਵਾ ਲਈ ਜਿਹੜਾ ਸ਼ੁਕਰਾਨਾ ਕੀਤਾ, ਠੀਕ ਹੈ। ਅਤੇ 1599 ਦੇ ਵਿੱਚ ਲੋਕਾਂ ਨੂੰ ਵਹਿਮਾਂ ਭਰਮਾਂ 'ਚੋਂ ਕੱਢਣ ਲਈ ਧਰਮ ਪ੍ਰਚਾਰ ਹਿੱਤ ਜਿਹੜਾ ਡੇਰਾ ਬਾਬਾ ਨਾਨਕ ਕਰਤਾਰਪੁਰ ਵਿਖੇ ਜਿਹੜਾ ਹੈ ਉਹ ਉਹਨਾਂ ਨੇ ਪ੍ਰਚਾਰ ਵੀ ਕੀਤਾ। ਉਸ ਤੋਂ ਬਾਅਦ ਹੈ ਅੱਗੇ ਆਪਣੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ। ਗੁਰੂ ਸਾਹਿਬ ਜੀ ਨੇ ਆਪਣੇ ਗੁਰਗੱਦੀ ਕਾਲ ਦੇ ਵਿੱਚ ਸਭ ਤੋਂ ਮਹਾਨ ਕੰਮ ਜਿਹੜਾ ਹੈ ਉਹ ਬਾਣੀ ਰਚਨਾ ਅਤੇ ਪਹਿਲੇ ਗੁਰੂ ਸਾਹਿਬਾਂ ਦੀ ਸੰਤਾਂ ਭਗਤਾਂ ਦੀ ਬਾਣੀ ਇਕੱਤਰ ਕਰਨ ਦਾ ਕੀਤਾ ਜੀ, ਠੀਕ ਹੈ। ਇਸ ਮਹਾਨ ਕੰਮ ਨੂੰ ਕਰਨ ਲਈ ਜਿਹੜਾ ਰਾਮਸਰ ਯਾਨੀ ਇੱਕ ਜਿਹੜੀ ਹੈ ਗੁਰਦੁਆਰੇ ਸੰਬੰਧਿਤ ਜਿਹੜੀ ਜਗ੍ਹਾ ਸੀਗੀ ਅੰਮ੍ਰਿਤਸਰ ਉਸਨੂੰ ਚੁਣਿਆ ਗਿਆ ਸੀ। ਆਪ ਜੀ ਨੇ 1601 ਤੋਂ ਲੈ ਕੇ ਅਗਸਤ 1604 ਤੱਕ ਇੰਨਾ ਲੰਬਾ ਸਮਾਂ ਜਿਹੜਾ ਇਸ 'ਤੇ ਕੰਮ ਕੀਤਾ ਅਤੇ ਇੱਕ ਮਹਾਨ ਗ੍ਰੰਥ ਤਿਆਰ ਕੀਤਾ ਜਿਸ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਜਿਹੜੀ ਆ ਉਹ ਸ਼ਾਮਿਲ ਕੀਤੀ, ਜਿਸ ਦੇ ਵਿੱਚ 6 ਗੁਰੂ ਸਾਹਿਬਾਨ ਨੇ, ਠੀਕ ਹੈ, 15 ਭਗਤ, 11 ਭੱਟ ਅਤੇ 4 ਗੁਰੂ ਘਰ ਦੇ ਸਿੱਖਾਂ ਦੀ ਜਿਹੜੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ, ਯਾਨੀ ਭਾਈ ਗੁਰਦਾਸ ਜੀ ਦੁਆਰਾ ਜਿਹੜਾ ਇਹ ਲਿਖਿਆ ਗਿਆ ਸੀ। ਅੱਗੇ ਹੈ ਗੁਰੂ ਸਾਹਿਬ ਜੀ ਨੇ ਆਪਣੀ ਦੇਖ ਰੇਖ ਹੇਠ ਜਿਲਦ ਸਾਜ ਕੀਤੀ ਅਤੇ 30 ਅਗਸਤ 1604 ਈਸਵੀ ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਵਿਖੇ ਜਿਹੜਾ ਪ੍ਰਕਾਸ਼ ਕੀਤਾ ਗਿਆ, ਠੀਕ ਹੈ। ਅਤੇ ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ 'ਤੇ ਪਹਿਲਾ ਹੁਕਮਨਾਮਾ ਜਿਹੜਾ ਉਹ ਜਾਰੀ ਕੀਤਾ ਸੀ। ਉਸ ਤੋਂ ਬਾਅਦ ਜੇ ਗੱਲ ਕਰੀਏ ਗੁਰੂ ਸਾਹਿਬ ਦੀ ਸ਼ਹਾਦਤ ਕਿਵੇਂ ਹੋਈ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਮੁਸਲਮਾਨ ਧਰਮ 'ਤੇ ਵੀ ਪਿਆ, ਠੀਕ ਹੈ। ਅਕਬਰ ਦਾ ਪੁੱਤਰ ਜਹਾਂਗੀਰ ਜਦੋਂ ਤਖ਼ਤ 'ਤੇ ਬੈਠਾ ਤਾਂ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਿਹੜੇ ਨੇ ਉਸਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਠੀਕ ਹੈ। ਅਤੇ ਉਸ ਤੋਂ ਬਾਅਦ ਅੱਗੇ ਹੈਗਾ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਹੈ ਉਹ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਦੇ ਲਈ ਕਿਹਾ, ਲੇਕਿਨ ਗੁਰੂ ਸਾਹਿਬ ਨੇ ਜਿਹੜਾ ਸਾਫ਼ ਇਨਕਾਰ ਕਰਤਾ, ਠੀਕ ਹੈ। ਸਾਫ਼ ਇਨਕਾਰ ਕਰਿਆ
ਅਤੇ ਅਖੀਰ ਗੁਰੂ ਸਾਹਿਬ ਨੂੰ ਜਿਹੜਾ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਗੁਰੂ ਸਾਹਿਬ ਨੂੰ ਤੱਤੀ ਤਵੀ 'ਤੇ ਬਿਠਾ ਕੇ ਸੀਸ 'ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿੱਚ ਉਬਲਦੇ ਪਾਣੀ ਦੀ ਦੇਗ ਵਿੱਚ ਜਿਹੜਾ ਗੁਰੂ ਸਾਹਿਬ ਜੀ ਦੀ ਪਾਇਆ ਗਿਆ, ਠੀਕ ਹੈ। ਪਰ ਗੁਰੂ ਸਾਹਿਬ ਨੇ ਤੇਰਾ ਕੀਆ ਮਿੱਠਾ ਲਾਗੇ ਦੀ ਧੁਨੀ ਜਾਰੀ ਰੱਖੀ ਅਤੇ ਸੋਲ੍ਹਾਂ ਮਈ 1606 ਈਸਵੀ ਨੂੰ 6ਵੇਂ ਦਿਨ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਜਿਹੜਾ ਲਿਜਾਇਆ ਗਿਆ ਅਤੇ ਰਾਵੀ ਦਰਿਆ ਦੇ ਵਿੱਚ ਜਿਹੜਾ ਉਹ ਸ਼ਹੀਦ ਕੀਤਾ ਗਿਆ। ਅੱਜ ਕੱਲ੍ਹ ਉਹ ਜਗ੍ਹਾ ਜਿਹੜੀ ਹੈ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ, ਜੋ ਕਿ ਪਾਕਿਸਤਾਨ ਦੇ ਵਿੱਚ ਹੈ। ਤਾਂ ਇਹ ਜਿਹੜਾ ਤੁਸੀਂ ਕਾਪੀ 'ਤੇ ਨੋਟ ਕਰ ਲਿਓ, ਠੀਕ ਹੈ। ਉਸ ਤੋਂ ਬਾਅਦ ਜੇ ਪੰਜਾਬੀ ਸਾਹਿਤ ਵਿੱਚ ਯੋਗਦਾਨ ਦੀ ਗੱਲ ਕਰੀਏ ਤਾਂ ਆਦਿ ਗ੍ਰੰਥ ਹੋ ਗਿਆ, ਠੀਕ ਹੈ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋ ਗਈ, ਜਿਸ ਦੇ ਵਿੱਚ ਸਭ ਤੋਂ ਵੱਧ ਬਾਣੀ ਜਿਹੜੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਦਰਜ ਹੈ, ਠੀਕ ਹੈ, ਜਿਸ ਦੇ ਕੁੱਲ 2312 ਜਿਹੜੇ ਸ਼ਬਦ ਨੇ। ਆਪ ਜੀ ਦੀਆਂ ਮੁੱਖ ਰਚਨਾਵਾਂ ਸੁਖਮਨੀ ਸਾਹਿਬ, 12ਵਾਂ, 52 ਅੱਖਰੀ, ਫੁਨਰੇ, ਮਾਰੂ ਡੱਖਣੇ, ਜਿਨ੍ਹਾਂ ਦੀ ਗਿਣਤੀ 6 ਹੈ, ਸਾਰੀਆਂ ਚੀਜ਼ਾਂ ਸੀਗੀਆਂ। ਸੁਖਮਨੀ ਸਾਹਿਬ ਆਪ ਦੀ ਸ਼ਾਹਕਾਰ ਰਚਨਾ ਹੈ। ਇਸ ਦੀਆਂ ਕੁੱਲ 24 ਅਸ਼ਟਪਦੀਆਂ ਨੇ। ਕੁਸ਼ਚਨ ਆ ਸਕਦਾ ਕਿੰਨੀ ਅਸ਼ਟਪਦੀਆਂ ਨੇ ਜੀ? 24 ਅਸ਼ਟਪਦੀਆਂ ਨੇ। ਹਰ ਅਸ਼ਟਪਦੀ ਦੇ ਆਰੰਭ ਵਿੱਚ ਇੱਕ ਸ਼ਲੋਕ ਅੰਕਿਤ ਹੈ, ਜਿਸ ਵਿੱਚ ਉਸ ਸ਼ਬਦ ਅਸ਼ਟਪਦੀ ਦਾ ਜਿਹੜਾ ਸਾਰ ਦਿੱਤਾ ਗਿਆ ਹੈ, ਠੀਕ ਹੈ। ਆਦਿ ਗ੍ਰੰਥ ਦੇ 35 ਵੱਡੇ ਪੰਨਿਆਂ 'ਤੇ ਦਰਜ ਸੁਖਮਨੀ ਸਾਹਿਬ ਆਦਿ ਗ੍ਰੰਥ ਵਿਚਲੀਆਂ ਬਾਣੀ ਦੇ ਵਿੱਚੋਂ ਸਭ ਤੋਂ ਲੰਬੀ ਬਾਣੀ ਹੈ, ਜਿਸ ਦੀਆਂ 1977 ਤੁਕਾਂ ਹਨ। ਇਸ ਬਾਣੀ ਦੀ ਰਚਨਾ ਜਿਹੜੀ ਹੈ ਸਲੋਕ ਚੌਪਈ ਬੰਧ ਵਿੱਚ ਹੋਈ ਹੈ, ਤਾਂ ਇਹ ਵੀ ਤੁਸੀਂ ਜਿਹੜਾ ਕਾਪੀ 'ਤੇ ਲਿਖ ਸਕਦੇ ਹੋ। 12ਵਾਂ ਦੀ ਗੱਲ ਕਰੀਏ ਤਾਂ 12ਵਾਂ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਹੀ ਰਚਨਾ ਹੈ। 12 ਮਹੀਨਿਆਂ ਦੇ ਸੰਦਰਭ ਵਿੱਚ ਲਿਖੀ ਗਈ ਲੋਕ ਕਾਵਿ ਇਹ ਇੱਕ ਰਚਨਾ ਹੈ। ਇਸ ਰਚਨਾ ਦਾ ਮੁੱਖ ਧੁਰਾ ਜਿਹੜੀ ਹੈ ਉਹ ਕੁਦਰਤ ਹੈ। ਜਿਵੇਂ ਜਿਵੇਂ ਰੁੱਤਾਂ ਬਦਲਦੀਆਂ ਹਨ, ਤਿਵੇਂ ਤਿਵੇਂ ਕੁਦਰਤ ਵਿੱਚ ਤਬਦੀਲੀ ਆਉਂਦੀ ਹੈ। 12ਵਾਂ ਦੇ ਰਚਨਹਾਰ ਕਵੀਆਂ ਵਿੱਚ ਜਿਹੜਾ ਆਰੰਭਕ ਮਹੀਨੇ ਦਾ ਕਾਫ਼ੀ ਮਤਭੇਦ ਹੈ, ਤਾਂ ਇਹ ਚੀਜ਼ਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ। ਰਾਗ ਮਾਝ ਵਿੱਚ ਲਿਖਿਆ 12ਵਾਂ, ਯਾਨੀ ਗੁਰੂ ਅਰਜਨ ਦੇਵ ਜੀ ਨੇ ਜਿਹੜਾ 12ਵਾਂ ਲਿਖਿਆ ਹੈ ਉਹ ਕਿਹੜੇ ਰਾਗ ਵਿੱਚ ਲਿਖਿਆ ਹੈ? ਰਾਗ ਮਾਝ। ਕੁਸ਼ਚਨ ਆ ਸਕਦਾ ਕਿਹੜੇ ਰਾਗ ਦੇ ਵਿੱਚ? ਤਾਂ ਉਹ ਹੈਗਾ ਰਾਗ ਮਾਝ, ਠੀਕ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ 2 ਹੀ 12ਵਾਂ ਦਰਜ ਹਨ। ਗੁਰੂ ਅਰਜਨ ਦੇਵ ਜੀ ਸਾਹਿਬ ਰਚਿਤ 12ਵਾਂ ਪੰਜਾਬੀ ਦੀ ਪ੍ਰਧਾਨਤਾ ਹੈ। ਉਸ ਤੋਂ ਬਾਅਦ ਅੱਗੇ ਆਪਣੇ ਕੋਲ 52 ਅੱਖਰੀ ਰਚਨਾ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਹੀ ਹੈ। ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਇਹ ਬਾਣੀ ਦੇਵਨਾਗਰੀ ਲਿਪੀ ਦੀ ਵਰਣਮਾਲ ਦੇ ਅੱਖਰਾਂ 'ਤੇ ਆਧਾਰਿਤ ਆਦਿ ਗ੍ਰੰਥ ਦੇ ਗੌੜੀ ਰਾਗ ਵਿੱਚ ਅੰਕਿਤ ਹੈ। ਕਿਹੜੇ ਰਾਗ ਵਿੱਚ? ਗੌੜੀ ਰਾਗ ਵਿੱਚ। ਇਸ ਬਾਣੀ ਦੀਆਂ 55 ਪੌੜੀਆਂ ਹਨ। ਕਿਹੜੀ ਬਾਣੀ ਦੀਆਂ? 52 ਅੱਖਰੀ ਦੀਆਂ, ਠੀਕ ਹੈ। 55 ਪੌੜੀਆਂ ਹਨ ਅਤੇ ਹਰ ਇੱਕ ਪੌੜੀ ਦੇ ਨਾਲ ਜਿਹੜਾ ਇੱਕ ਸਲੋਕ ਲਿਖਿਆ ਗਿਆ ਹੈ। ਇਸ ਬਾਣੀ ਦੇ ਆਰੰਭ ਵਿੱਚ ਮੰਗਲਾਚਰਨ ਦੇ ਰੂਪ ਵਿੱਚ ਇੱਕ ਸਲੋਕ ਦਰਜ ਹੈ, ਜਿਸ ਦੀਆਂ 9 ਪੰਕਤੀਆਂ ਹਨ, ਠੀਕ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਬਾਣੀ ਵਿੱਚ ਸਪਸ਼ਟ ਕੀਤਾ ਹੈ ਕਿ ਪਰਮਾਤਮਾ ਦੀ ਮਿਹਰ ਭਰੀ ਦ੍ਰਿਸ਼ਟੀ ਜਿਹੜੀ ਹੈ ਉਹ ਸਾਰੇ ਹੀ ਮਨੁੱਖਾਂ 'ਤੇ ਪੈਂਦੀ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ 12ਵਾਂ ਦੀ, ਤਾਂ ਗੁਰੂ ਨਾਨਕ ਸਾਹਿਬ ਤੋਂ ਹੀ ਇਹਨਾਂ ਦੀ ਰਚਨਾ ਸ਼ੁਰੂ ਹੋ ਗਈ ਸੀ ਲਿਖਣੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 22 ਅਧਿਆਤਮਕ 12ਵਾਂ ਜਿਹੜੀਆਂ ਨੇ ਦਰਜ ਹਨ। ਕਿੰਨੀਆਂ ਨੇ ਜੀ? 22। ਅਸਲ ਵਿੱਚ ਗੁਰੂ ਸਾਹਿਬਾਨ ਨੇ ਇਸ ਲੋਕ ਕਾਵ ਰੂਪ ਵਿੱਚ ਬਾਣੀ ਦੀ ਰਚਨਾ ਕਰਕੇ ਇੱਕ ਜਿਹੜਾ ਬਹੁਤ ਵੱਡਾ ਉਪਰਾਲਾ ਕੀਤਾ ਹੈ। ਗੁਰੂ ਅਰਜਨ ਸਾਹਿਬ ਨੇ ਵੀ ਹੋਰ ਬਾਣੀ ਦੇ ਨਾਲ ਨਾਲ 6 ਵਾਰਾਂ ਦੀ ਰਚਨਾ ਕੀਤੀ ਹੈ। ਕਿੰਨੇ ਵਾਰਾਂ ਦੀ ਰਚਨਾ ਕੀਤੀ ਹੈ ਜੀ? 6 ਵਾਰਾਂ ਦੀ ਰਚਨਾ ਕੀਤੀ ਹੈ, ਠੀਕ ਹੈ। 6 ਵਾਰਾਂ ਦਾ ਜਿਹੜਾ ਵੇਰਵਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ ਵੱਖ ਰਾਗਾਂ ਦੇ ਅਧੀਨ ਮਿਲਦਾ ਹੈ। ਉਹਨਾਂ ਨੇ ਰਾਗ ਪੌੜੀ, ਰਾਗ ਗੁਜਰੀ, ਰਾਗ ਜੈਤਸਰੀ, ਰਾਗ ਰਾਮਕਲੀ, ਰਾਗ ਮਾਰੂ ਅਤੇ ਰਾਗ ਬਸੰਤ ਵਿੱਚ ਜਿਹੜੀ ਹੈ ਬਾਣੀ ਰਚੀ ਹੈ। ਇਹਨਾਂ ਵਾਰਾਂ ਦਾ ਰਚਨਾ ਵਿਧਾਨ ਵੀ ਉਹੀ ਹੈ ਜੋ ਬਾਕੀ ਗੁਰੂ ਸਾਹਿਬਾਨ ਵੱਲੋਂ ਲਿਖੀਆਂ ਗਈਆਂ ਵਾਰਾਂ ਦਾ ਹੈ, ਠੀਕ ਹੈ। ਉਹਨਾਂ ਦੀਆਂ ਵਾਰਾਂ ਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿੱਥੇ ਬਾਕੀ ਗੁਰੂ ਸਾਹਿਬਾਨਾਂ ਦੀਆਂ ਵਾਰਾਂ ਵਿੱਚ ਸ਼ਾਮਿਲ ਸ਼ਲੋਕ ਉਹਨਾਂ ਦੇ ਆਪਣੇ ਵੀ ਹਨ ਅਤੇ ਦੂਜੇ ਗੁਰੂਆਂ ਦੇ ਵੀ ਹਨ, ਉੱਥੇ ਗੁਰੂ ਅਰਜਨ ਦੇਵ ਜੀ ਦੇ ਸਾਰੀਆਂ ਵਾਰਾਂ ਦੇ ਸ਼ਲੋਕ ਉਹਨਾਂ ਦੇ ਆਪਣੇ ਹਨ, ਠੀਕ ਹੈ। ਤਾਂ ਹੁਣ ਇਹਨਾਂ ਦੇ ਕੁਝ ਕੁਐਸਚਨ ਸੋਲਵ ਕਰ ਲੈਂਦੇ ਹਾਂ ਜੀ ਆਪਾਂ ਇਸ ਚੈਪਟਰ ਦੇ ਵਿੱਚੋਂ। ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿੰਨੇ ਰਾਗਾਂ ਦੇ ਵਿੱਚ ਜਿਹੜੀ ਹੈ ਬਾਣੀ ਉਹਨਾਂ ਨੇ ਲਿਖੀ ਹੈ? ਤਾਂ ਉਹ ਲਿਖੀ ਹੈ ਜੀ 30 ਰਾਗਾਂ ਦੇ ਵਿੱਚ। ਕੁਐਸਚਨ ਆ ਸਕਦਾ ਕਿੰਨੇ ਰਾਗਾਂ ਦੇ ਵਿੱਚ?
30 ਰਾਗਾਂ ਦੇ ਵਿੱਚ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਰਜ ਹੈ। ਅਗਲਾ ਕੁਸ਼ਚਨ ਹੈ, ਸੁਖਮਨੀ ਸਾਹਿਬ ਵਿੱਚ ਕਿੰਨੀਆਂ ਅਸ਼ਟਪਦੀਆਂ ਹਨ? ਟੋਟਲ ਹੈਗੀਆਂ ਨੇ ਜੀ 24। ਠੀਕ ਹੈ, ਮਈ ਜੂਨ ਦੇ ਮਹੀਨੇ ਦੇ ਵਿੱਚ ਪਿੰਡ ਦੇ ਮੋਸਟਲੀ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜਾ ਹੈ ਦੁਪਹਿਰ ਦੇ ਸਮੇਂ ਸ਼ਾਮ ਦੇ ਸਮੇਂ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ, ਜਿਸ ਦੇ ਵਿੱਚ 24 ਅਸ਼ਟਪਦੀਆਂ ਨੇ ਅਤੇ ਸਭ ਤੋਂ ਪ੍ਰਸਿੱਧ ਅਤੇ ਸ਼ਾਹਕਾਰ ਰਚਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਹੈ ਸੁਖਮਨੀ ਸਾਹਿਬ ਹੀ ਹੈ। ਅਗਲਾ ਕੁਸ਼ਚਨ ਹੈ ਆਪਣੇ ਕੋਲ, ਸ਼੍ਰੀ ਗੁਰੂ ਅਰਜਨ ਦੇਵ ਜੀ ਕਿਸ ਗੁਰੂ ਸਾਹਿਬਾਨ ਦੇ ਸਪੁੱਤਰ ਸਨ? ਤਾਂ ਉਹ ਹੈਗੇ ਸੀ ਜੀ ਗੁਰੂ ਰਾਮਦਾਸ ਜੀ ਦੇ। ਠੀਕ ਹੈ, ਜਦੋਂ ਗੁਰੂ ਰਾਮਦਾਸ ਜੀ ਜਿਹੜੇ ਨੇ ਜੋਤੀ ਜੋਤ ਸਮਾਏ ਸਨ, ਉਸ ਸਮੇਂ ਗੁਰੂ ਅਰਜਨ ਦੇਵ ਜੀ ਦੀ ਉਮਰ ਜਿਹੜੀ ਆ 18 ਸਾਲ ਸੀ। ਅਗਲਾ ਕੁਸ਼ਚਨ ਹੈ ਆਪਣੇ ਕੋਲ, ਗੁਰੂ ਅਰਜਨ ਦੇਵ ਜੀ ਦੀ ਰਚਿਤ ਬਾਣੀ ਸੁਖਮਨੀ ਸਾਹਿਬ ਵਿੱਚ ਕਿੰਨੀਆਂ ਅਸ਼ਟਪਦੀਆਂ ਹਨ? ਤਾਂ ਇਹ ਕੁਸ਼ਚਨ ਹੋ ਸਕਦਾ ਹੈ ਜੀ 24। ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਦਾ ਕੰਮ ਕਦੋਂ ਖਤਮ ਕੀਤਾ, ਕਦੋਂ ਮੁਕੰਮਲ ਕੀਤਾ ਸੀ? 1604 ਈਸਵੀ ਨੂੰ। ਠੀਕ ਹੈ, ਕਿਸ ਦੇ ਦੁਆਰਾ ਜਿਹੜੀ ਇਸਦੀ ਨੀਂਹ ਰਖਵਾਈ ਗਈ ਸੀ? ਤਾਂ ਸੂਫੀ ਫਕੀਰ ਮੀਆਂ ਮੀਰ ਜੀ ਤੋਂ ਦੁਆਰਾ 1604 ਈਸਵੀ ਦੇ ਵਿੱਚ ਜਿਹੜਾ ਇਸਦਾ ਕੰਮ ਹੈ ਮੁਕੰਮਲ ਕੀਤਾ ਗਿਆ ਸੀ। ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਮ ਸੀਗਾ? ਤਾਂ ਮਾਤਾ ਜੀ ਦਾ ਨਾਮ ਹੈਗਾ ਸੀ ਜੀ ਬੀਬੀ ਭਾਨੀ ਜੀ, ਇਹ ਯਾਦ ਰੱਖਿਓ। ਠੀਕ ਹੈ, ਆਪਸ਼ਨ ਆ ਸਕਦੇ ਨੇ ਤਾਂ ਮਾਤਾ ਭਾਨੀ ਜੀ ਹੀ ਰਾਈਟ ਆਂਸਰ ਟਿੱਕ ਕਰਨਾ ਹੈ ਆਪਾਂ ਨੇ। ਅਗਲਾ ਕੁਸ਼ਚਨ ਹੈ ਆਪਣੇ ਕੋਲ, ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਗੁਰੂ ਸਾਹਿਬਾਨ ਦੇ ਸਮੇਂ ਰੱਖੀ ਗਈ ਸੀ? ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਜਿਹੜੀ ਹੈ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗਈ ਸੀ, ਜੋ ਕਿ ਪੰਜਵੀਂ ਪਾਤਸ਼ਾਹੀ ਦੁਆਰਾ ਹੀ ਰੱਖੀ ਗਈ ਸੀ। ਠੀਕ ਹੈ, ਅਗਲਾ ਕੁਸ਼ਚਨ ਹੈ ਆਪਣੇ ਕੋਲ, ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਬਾਣੀ ਲਿਖਣ ਦਾ ਕੰਮ ਸੌਂਪਿਆ ਸੀ, ਸੇਮ ਉੱਦਾਂ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਾਰਜ ਕਿਸ ਨੂੰ ਸੌਂਪਿਆ? ਫਸਟ ਆਪਸ਼ਨ ਹੈ ਭਾਈ ਦਇਆ ਸਿੰਘ, ਸੈਕਿੰਡ ਹੈ ਬਾਬਾ ਬੰਦਾ ਸਿੰਘ ਬਹਾਦਰ, ਥਰਡ ਹੈ ਭਾਈ ਨੰਦ ਲਾਲ ਅਤੇ ਲਾਸਟ ਆਪਸ਼ਨ ਹੈ ਜੀ ਭਾਈ ਮਨੀ ਸਿੰਘ। ਤਾਂ ਇਹਦਾ ਰਾਈਟ ਆਂਸਰ ਹੈ ਜੀ ਭਾਈ ਮਨੀ ਸਿੰਘ। ਠੀਕ ਹੈ, ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਬਾਣੀ ਲਿਖਣ ਦਾ ਹੁਕਮ ਕੀਤਾ ਸੀ ਅਤੇ ਸੇਮ ਇੱਦਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਭਾਈ ਮਨੀ ਤੋਂ ਲਿਖਵਾਇਆ ਸੀਗਾ ਸਾਰਾ। ਠੀਕ ਹੈ, ਉਸ ਤੋਂ ਬਾਅਦ ਗੁਰਦੁਆਰਾ ਡੇਰਾ ਸਾਹਿਬ ਦੇ ਨੇੜੇ ਜਿਹੜਾ ਹੈ ਸੰਸਕਾਰ ਕੀਤਾ ਗਿਆ। ਅੱਗੇ ਜੇਕਰ ਤੁਸੀਂ ਰਿਵੀਜ਼ਨ ਦੇ ਤੌਰ 'ਤੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਗੁਰੂ ਅਰਜਨ ਦੇਵ ਜੀ ਨੇ ਉਹ ਕਿਹੜੀ ਕਿਹੜੀ ਚੀਜ਼ਾਂ ਦੇ ਲਈ ਜਾਣੇ ਜਾਂਦੇ ਨੇ। ਇਹਨਾਂ ਨੂੰ ਪੰਜਵੇਂ ਪਾਤਸ਼ਾਹ ਵੀ ਕਿਹਾ ਜਾਂਦਾ ਹੈ। ਦਰਬਾਰ ਸਾਹਿਬ ਦੀ ਉਸਾਰੀ ਦਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਤਰਨ ਤਾਰਨ ਜਿਹੜਾ ਹੈ ਉਹ ਇਹਨਾਂ ਦਾ ਹੀ ਵਸਾਇਆ ਹੋਇਆ ਸ਼ਹਿਰ ਹੈ। ਆਦਿ ਗ੍ਰੰਥ ਜਿਹੜਾ ਕੰਪਲੀਟ ਕੀਤਾ ਇਹਨਾਂ ਨੇ। ਠੀਕ ਹੈ, ਜਲੰਧਰ ਦੇ ਕਰਤਾਰਪੁਰ ਸ਼ਹਿਰ ਦਾ ਜਿਹੜਾ ਹੈ ਨਿਰਮਾਣ ਇਹਨਾਂ ਦੇ ਦੁਆਰਾ ਹੀ ਕੀਤਾ ਗਿਆ ਸੀ, ਉਸਾਰਿਆ ਗਿਆ ਸੀ। ਠੀਕ ਹੈ, ਕੀਰਤਨ ਸੋਹਿਲਾ ਦੇ ਪੰਜਵੇਂ ਸ਼ਬਦ ਦੀ ਜਿਹੜੀ ਰਚਨਾ ਉਹ ਵੀ ਗੁਰੂ ਅਰਜਨ ਦੇਵ ਜੀ ਹੈ ਅਤੇ ਸੁਖਮਨੀ ਸਾਹਿਬ ਦੀ ਲਿਖਤ ਵੀ ਜਿਹੜੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਹੈ। ਠੀਕ ਹੈ, ਤਾਂ ਇਹ ਹੈਗੀ ਸੀ ਆਪਣੀ ਕਲਾਸ। ਪੂਰਾ ਚੈਪਟਰ ਆਪਾਂ ਨੇ ਸਿਰਫ ਇੱਕ ਸਿੰਗਲ ਵੀਡੀਓ ਦੇ ਵਿੱਚ ਕਵਰ ਕੀਤਾ ਹੈ। ਬਾਕੀ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦੇਵਾਂ ਕਿ ਦੇਖੋ ਪੇਪਰ ਇੰਨਾ ਔਖਾ ਇਸ ਵਾਰ ਆਉਣ ਨਹੀਂ ਵਾਲਾ ਹੈਗਾ, ਈਜ਼ੀ ਪੇਪਰ ਹੀ ਆਏਗਾ। ਕਿਉਂਕਿ ਦੇਖੋ ਜੇ PDF ਨੂੰ ਦੇਖੋ ਤੁਸੀਂ ਆਪਣਾ ਜਿਹੜਾ ਸਿਲੇਬਸ ਹੈ, ਸਿਲੇਬਸ 'ਤੇ ਜੇਕਰ ਤੁਸੀਂ ਨਿਗਾਹ ਮਾਰੋ ਤਾਂ ਉਸ 'ਤੇ ਨਾ ਇੱਕ ਲਾਸਟ ਗੱਲ ਮੈਨਸ਼ਨ ਕੀਤੀ ਗਈ ਹੈ, ਲਾਸਟ ਪੁਆਇੰਟ ਹੈ ਆਹ ਦੇਖੋ, ਉਪਰੋਕਤ ਸਿਲੇਬਸ 10ਵੀਂ ਜਮਾਤ ਦੇ ਅਨੁਸਾਰ ਹੀ ਹੋਵੇਗਾ। ਯਾਨੀ 10th ਲੈਵਲ ਦਾ ਗੱਲ ਕਰ ਰਹੇ ਨੇ ਇਹ, ਤਾਂ 10th ਲੈਵਲ ਤੱਕ ਤਾਂ ਬਹੁਤ ਘੱਟ ਮਟੀਰੀਅਲ ਹੈ। ਜਿਹੜਾ ਇਹ ਮੈਂ ਤੁਹਾਨੂੰ ਪੂਰਾ PDF ਦਿਖ ਰਿਹਾ ਨਾ ਤੁਹਾਨੂੰ ਸਕਰੀਨ 'ਤੇ, ਇਹ ਪਤਾ ਕੀ ਹੈ, ਇਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ 9th 10th ਦੀ ਬੁੱਕ ਦੇ ਜਿੰਨੇ ਪਾਠ ਹੁੰਦੇ ਨੇ ਉਹ ਕਵਰ ਕਰਾਉਂਦੀ ਹਾਂ ਵਿੱਚੇ, ਫਿਰ 11ਵੀਂ ਅਤੇ 12ਵੀਂ। ਠੀਕ ਹੈ, ਬੇਸਿਕਲੀ 10th ਪਲੱਸ 2 ਤੱਕ ਦੀ ਜਿਹੜੀਆਂ ਸਿਲੇਬਸ ਦੀਆਂ ਬੁੱਕਸ ਨੇ ਜਾਂ ਜਿਹੜੇ ਇਸ ਟੋਪਿਕ ਦੇ ਹੈਗੇ ਨੇ ਚੈਪਟਰ, ਉਹ ਸਾਰੇ ਇਹਦੇ ਵਿੱਚ ਐਡ ਕਰਕੇ ਉਸ ਤੋਂ ਬਾਅਦ ਇੱਕ ਬੁੱਕ ਹੈਗੀ ਹੈ ਜੀ, ਉਹਦੇ ਵਿੱਚ ਸਿੱਖ ਧਰਮਾਂ 'ਤੇ ਅਲੱਗ ਅਲੱਗ ਗੁਰੂਆਂ ਬਾਰੇ ਵਿਸ਼ੇਸ਼ ਚਰਚਾ ਹੈ, ਤਾਂ ਉਹ ਵੀ ਅਲੱਗ ਤੋਂ ਸਲਾਈਡ ਜਿਹੜੀ ਹੈ ਐਡ ਕੀਤੀ ਜਾਂਦੀ ਹੈ। ਅਤੇ ਯਾਨੀ 3 ਤੋਂ 4 ਬੁੱਕਸ ਨੂੰ ਮਿਲਾ ਕੇ ਹੀ ਇਹ PDF ਬਣਾਇਆ ਜਾਂਦਾ ਹੈ। ਜਿਵੇਂ ਹੁਣ ਦੇਖੋ ਇਹ ਰਚਨਾਵਾਂ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਹੈ ਨਾ, ਤਾਂ ਇਹ ਸਾਰੇ 10th ਪਲੱਸ 2 ਵਾਲੀਆਂ ਨੇ।
ਠੀਕ ਹੈ, ਤਾਂ ਹੀ ਮੈਨੂੰ ਇਹ ਹੁੰਦਾ ਵੀ ਕੋਈ ਕੁਸ਼ਚਨ ਜਿਹੜਾ ਛੁੱਟੇ ਨਾ। 10th ਪਲੱਸ 2 ਤੇ ਇਸ ਤੋਂ ਬਿਨਾਂ ਇੱਕ ਹੋਰ ਬੁੱਕ ਹੈ ਜੀ, ਉਸਦੇ ਵਿੱਚ ਵੀ ਗੁਰੂਆਂ ਦੇ ਬਾਰੇ ਖਾਸ ਤੌਰ 'ਤੇ ਵਧੀਆ ਦੱਸਿਆ ਹੋਇਆ ਹੈ, ਤਾਂ ਉਹਨਾਂ 3-4 ਚੀਜ਼ਾਂ ਨੂੰ ਮਿਲਾ ਕੇ ਹੀ ਇਹ ਜਿਹੜਾ PDF ਹੈ ਤਿਆਰ ਕੀਤਾ ਜਾਂਦਾ ਹੈ। ਠੀਕ ਹੈ, ਤਾਂ ਉਹਦੇ ਅਕੋਰਡਿੰਗ ਹੀ ਜਿਹੜੀ ਹੈ ਸਾਰੀ ਕਲਾਸ ਆਪਾਂ ਲਗਾਉਂਦੇ ਹਾਂ, ਤਾਂ ਕਿ ਤੁਹਾਡਾ ਕੋਈ ਵੀ ਜਿਹੜਾ ਡਾਊਟ ਕੁਸ਼ਚਨ ਇਸ ਚੈਪਟਰ ਦੇ ਵਿੱਚੋਂ ਨਾ ਬਚੇ। ਠੀਕ ਹੈ, ਤਾਂ ਇਹ ਹੈਗਾ ਸੀ ਅੱਜ ਦਾ ਚੈਪਟਰ। ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ, ਬੈੱਲ ਆਈਕਨ ਪ੍ਰੈਸ ਕਰ ਲਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਜਿਹੜੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ। ਟੈਲੀਗ੍ਰਾਮ ਦੇ ਵਿੱਚ ਇਹ ਸਾਰਾ PDF ਤੁਹਾਨੂੰ ਅਵੇਲੇਬਲ ਹੋ ਜਾਏਗਾ ਜੀ। ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ, ਉੱਥੇ ਆਪਾਂ ਹਰ ਪ੍ਰਕਾਰ ਦੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ। ਬਾਕੀ ਜੇਕਰ ਕਿਸੇ ਪੁਆਇੰਟ ਨੂੰ ਲੈ ਕੇ ਤੁਹਾਡਾ ਡਾਊਟ ਕੁਸ਼ਚਨ ਹੋਵੇ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ। ਠੀਕ ਹੈ, ਅਤੇ ਪੰਜਾਬੀ ਸਾਹਿਤ ਦੇ ਹੁਣ ਆਪਣੇ ਪਹਿਲੇ 3 ਚੈਪਟਰ ਖਤਮ ਹੋ ਚੁੱਕੇ ਨੇ ਜੀ। ਹੁਣ ਆਪਣੇ ਸਿਰਫ ਸਿੱਖ ਇਤਿਹਾਸ ਦੇ 2 ਚੈਪਟਰ ਹੈਗੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਗੁਰਦਾਸ ਜੀ। ਠੀਕ ਹੈ, ਉਸ ਤੋਂ ਬਾਅਦ ਫਿਰ ਆਪਾਂ ਪੰਜਾਬੀ ਕਵੀ ਸਟਾਰਟ ਕਰਾਂਗੇ ਜੀ, ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ ਅਤੇ ਸੁਰਜੀਤ ਪਾਤਰ। ਇਹ ਵੀ ਆਪਾਂ ਨੇ ਅਗਲੀ ਵੀਡੀਓ ਦੇ ਵਿੱਚ ਜਿਹੜੇ ਨੇ ਉਹ ਖਤਮ ਕਰਨੇ ਨੇ। ਠੀਕ ਹੈ, ਤਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲਾ ਚੈਪਟਰ ਜਿਹੜਾ ਸਾਰਾ ਕੰਪਲੀਟ ਕਰਾਂਗੇ। ਠੀਕ ਹੈ, ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਆ ਕਰੋ। ਕੋਈ ਸੁਝਾਵ ਹੋਵੇ ਕਿਸੇ ਕੁਸ਼ਚਨ ਨੂੰ ਲੈ ਕੇ, ਪੁਆਇੰਟ ਨੂੰ ਲੈ ਕੇ, ਤਾਂ ਤੁਸੀਂ ਬੇਝਿਜਕ ਹੋ ਕੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਠੀਕ ਹੈ, ਮੇਰੇ ਨਾਲ ਕੰਟੈਕਟ ਕਰਨ ਦੇ ਲਈ ਤੁਸੀਂ ਇੰਸਟਾਗ੍ਰਾਮ 'ਤੇ ਜੁੜ ਸਕਦੇ ਹੋ ਜੀ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਮਿਲ ਜਾਏਗਾ। ਟੈਲੀਗ੍ਰਾਮ ਗਰੁੱਪ ਵੀ ਹੈਗਾ, ਉੱਥੇ ਵੀ ਤੁਸੀਂ ਜਿਹੜਾ ਕੰਟੈਕਟ ਕਰ ਸਕਦੇ ਹੋ। ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ, ਅਤੇ ਵਿਆਕਰਨ ਵਾਲਾ ਪਾਠ ਦੀ ਜੇ ਗੱਲ ਕਰੀਏ ਤਾਂ ਇਹਦੀ ਇੱਕ ਮੈਰਾਥੋਨ ਕਲਾਸ ਆਲਰੇਡੀ ਲਗਾਈ ਜਾ ਚੁੱਕੀ ਹੈ। ਜੇਕਰ ਤੁਸੀਂ ਉਹ ਕਲਾਸ ਨਹੀਂ ਦੇਖੀ ਹੈਗੀ ਤਾਂ ਮੈਰਾਥੋਨ ਕਲਾਸ ਜਿਹੜੀ ਹੈ ਜ਼ਰੂਰ ਅਟੈਂਡ ਕਰਿਓ। ਠੀਕ ਹੈ, ਜਲਦੀ ਹਾਜ਼ਰ ਹੋਵਾਂਗੇ ਆਪਾਂ ਨੈਕਸਟ ਵੀਡੀਓ ਲੈ ਕੇ। ਵੀਡੀਓ ਦੇਖਣ ਦਾ ਧੰਨਵਾਦ, ਥੈਂਕ ਯੂ।